ਅਉਜ਼ੁ ਬਿੱਲ੍ਲਾਹਿ ਮਿਨੈ ਸ਼ੈਤਾਨਿਰ ਰਜੀਮ ਬਿਸਮਿਲ੍ਲਾਹਿ ਰਹਿਮਾਨਿਰ ਰਹੀਮ ਤੁਸੀਂ ਵੇਖ ਰਹੇ ਹੋ ਹੰਦਰਾ ਐਨੀਮਲ ਇਨਫੋਰਮੇਸ਼ਨ ਟੀਵੀ ਤੇ ਮੈਂ ਤੁਹਾਡਾ ਦੋਸਤ ਮੁਹੰਮਦ ਸ਼ਾਹਿਦ ਭਰਾਵਾਂ ਵਾਸਤੇ ਰੋਜ਼ਾਨਾ ਨਵੀ ਤੋਂ ਨਵੀ ਵੀਡੀਓ ਲੈ ਕੇ ਹਾਜ਼ਰ ਹੋਈਂਦੀ ਤੇ ਭਰਾਵਾਂ ਨੂੰ ਇੱਕ ਛੋਟੀ ਜਿਹੀ ਰਿਕਵੈਸਟ ਹੈ ਕਿ ਸਾਡੇ ਜਿੰਨਾ ਭਾਈਆਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣ ਤੇ ਸਾਡੀ ਵੀਡੀਓ ਅੱਛੀ ਲੱਗੇ ਤੇ ਉਹ ਉਹਨੂੰ ਲਾਈਕ ਕਰ ਦਿਓ ਦੋਸਤਾਂ ਨਾਲ ਸ਼ੇਅਰ ਕਰੋ ਅੱਜ ਅਸੀਂ ਆਏ ਹਾਂ ਜੀ ਲੋਕੇਸ਼ਨ ਦੱਸ ਦਈਏ ਜ਼ਿਲ੍ਹਾ ਉਕਾੜਾ ਤੇ ਤਹਿਸੀਲ ਉਕਾੜਾ ਤੇ ਪਿੰਡ ਦਾ ਨ ਉੱਥੇ ਮਾਸ਼ਾਅੱਲਾ ਬੜਾ ਆਊਟ ਕਲਾਸ ਮਾਸ਼ਾਅੱਲਾ ਬੜੀਆਂ ਸੋਹਣੇ ਜਾਨਵਰ ਲੈ ਕੇ ਆਏ ਆ ਭਰਾਵਾਂ ਵਾਸਤੇ ਇਹ ਕੁਰਬਾਨੀ ਦਾ ਬਹੁਤ ਹੀ ਅੱਛਾ ਜਾਨਵਰ ਬੱਚਾ ਹੈ ਉਹ ਭਰਾਵਾਂ ਨੂੰ ਦਿਖਾਵਾਂਗੇ ਤੇ ਇੱਕ ਝੋਟੀ ਏ ਪਹਿਲਾ ਸੂਈ ਤੇ ਇੱਕ ਗਾਂ ਹੈ ਭਰਾਵਾਂ ਨੂੰ ਦਿਖਾਣੇ ਆ ਨਾਲੇ ਮਾਲਕ ਨੂੰ ਮਿਲਾਨੇ ਆ ਤੁਹਾਨੂੰ ਤੇ ਆਓ ਜੀ ਹੁਣ ਮਾਲਕ ਨਾਲ ਤੁਹਾਡੀ ਗੱਲਬਾਤ ਕਰਾਨੇ ਆ ਕਿਰਮ ਕਰਕੇ ਆ ਸਤ ਅਸਲਾਮ ਅਲੈਕਮ ਜੀ ਵਾਅਲੈਕਮ ਸਲਾਮ ਜੀ ਹਾਂਜੀ ਭਾਈ ਕੀ ਹਾਲ ਨੇ ਅਲਹਮਦੁਲਿਲਾ ਜੀ ਪਹਿਲੇ ਭਾਈ ਆਪਣਾ ਤਾਰਫ ਕਰਵਾ ਦਿਓ ਜੀ ਮੇਰਾ ਨਾਮ ਹੈ ਪੁੱਤੋ ਅੱਛਾ ਜੀ ਕਿਹੜੀ ਜਗ੍ਹਾ ਤੋਂ ਜੀ ਮੈਂ ਮਹਿਗੇ ਤੋਂ ਬੋਲ ਰਿਹਾ ਪਿੰਡ ਮਹਿਗੇ ਤੋਂ ਸਹੀ ਭਾਈ ਅੱਜ ਇਹ ਵੀਡੀਓ ਚ ਕੀ ਪਾਣਾ ਹੈ ਜੀ ਵੀਡੀਓ ਚ ਕਿੰਨੇ ਜਾਨਵਰ ਪਾਣੇ ਨੇ ਤਿੰਨ ਜਾਨਵਰ ਪਾਣੇ ਨੇ ਜੀ ਸਹੀ ਕੀ ਹੈਗਾ ਜੇ ਇਹ ਪਹਿਲਾਂ ਝੋਟੀ ਹੈ ਮਾਸ਼ਾਅੱਲਾ ਅੱਛਾ ਮਾਸ਼ਾਅੱਲਾ ਬੜੀ ਸੋਹਣੀ ਝੋਟੀ मुंदरी ਵਰਗੀ ਖੂਬਸੂਰਤ ਝੋਟੀ ਇਹ ਨੀਲੇ ਦੀ ਝੋਟੀ ਮਾਸ਼ੱਲਾ ਅੱਛਾ ਜੀ ਮਾਸ਼ੱਲਾ ਮੱਥੇ ਬੱਲੀ ਇਸਤੇ ماں ਵੀ ਬਹੁਤ ਅੱਛੀ ਸੀ ਔਰ ਇਹ ਵੀ ਮਾਸ਼ੱਲਾ ਅੱਛੀ ਹੈ ਜੀ ਮਾਸ਼ੱਲਾ ਥੋੜੀ ਜੀ ਕੈਮਰੇ ਤੋਂ ਡਰ ਰਹੀ ਹੈ ਭਾਈਆਂ ਨੂੰ ਵਿਖਾ ਦਿੰਨੇ ਆ ਮਾਸ਼ੱਲਾ ਬਰੀਕ ਚਮੜੀ ਦੀ ਔਰ ਸੋਨਾ ਪੁੱਠਾ ਲੱਗਾ ਜੇ ਔਰ ਮਾਸ਼ੱਲਾ ਬਿਲਕੁਲ ਬਰੀਕ ਪੂਛਲੇ ਹਰ ਚੀਜ਼ ਭਾਈਆਂ ਦੀ ਨਜ਼ਰ ਹੈ ਛੋਟਾ ਥਾਣੇ ਮਾਸ਼ੱਲਾ ਸੋਨਾ ਲਿਬਾਸ ਹੈ ਬੜੀ ਸੋਹਣੀ ਬਰੀਕ ਚਮੜੀ ਦੀ ਇਹ ਘੱਡੀ ਦੀ ਝੋਟੀ ਮਾਸ਼ੱਲਾ ਭਾਈਆਂ ਨੂੰ ਵਿਖਾ ਰਹੇ ਆ ਔਰ ਕੈਮਰੇ ਦੀ ਨਜ਼ਰ ਹੈ ਸੋਹਣਾ ਥਣ ਲੱਗਾ ਬਿਲਕੁਲ ਬੜਾ ਪਿਆਰਾ ਥਣ ਲੱਗਿਆ ਹੋਇਆ ਇੱਕ ਇੱਕ ਚੀਜ਼ ਕੈਮਰੇ ਦੀ ਨਜ਼ਰ ਹੈ ਔਰ ਸੋਹਣਾ ਮਾਸ਼ਾਅੱਲਾ ਸਿੰਘ ਲੱਗਾ ਜੇ ਸੋਹਣੀ ਬੂਥੀ ਹੈ ਇਹ ਭਾਈ ਤੋਂ ਪੁੱਛਨੇ ਆ ਕਿ ਕੀ ਝੋਡੀ ਦਾ ਹਿਸਾਬ ਕਿਤਾਬ ਹੈ ਕੀ ਇਹਦਾ ਯਾਨੀ ਕਿ ਡਿਟੇਲ ਹੈਗੀ ਜੇ ਕੀ ਸੂਈ ਹੈ ਸੂਣ ਵਾਲੀ ਹੈ ਹਾਂਜੀ ਭਾਈ ਇਮਰਾਨ ਜੀ ਮਾਸ਼ਾਅੱਲਾ ਇਹ ਸੂਈ ਹੋਈ ਹੈ ਝੋਟੀ ਹਾਂਜੀ ਠੀਕ ਹੈ ਤੇ 10 ਕਿਲੋ ਦੁੱਧ ਦੇ ਰਹੀ ਹੈ ਬੜੀ ਮਾਸ਼ਾਅੱਲਾ ਅੱਛੀ نسل ਦੀ ਝੋਟੀ ਹੈ ਸਹੀ ਇਹ ਦੱਸੋ ਕਿ ਪਹਿਲੇ ਸਭ ਤੋਂ ਪਹਿਲੇ ਕਿ ਕਿੰਨੇ ਦਿਨਾਂ ਦੀ ਸੂਈ ਜੇ ਇਹ ਜੀ 1.5 ਮਹੀਨਾ ਹੋ ਚਲੇ ਅੱਛਾ ਹਾਂਜੀ ਤੇ ਪਿੱਛੇ ਕੀ ਹੈਗਾ ਜੇ ਪਿੱਛੇ ਜੀ ਇਹਦੇ ਕੱਟੀ ਹੈ ਕੱਟੀ ਹੈ ਹਾਂਜੀ ਤੇ ਇਸ ਟਾਈਮ ਦੁੱਧ ਕਿੰਨਾ ਹੈਗਾ ਜੇ 10 ਕਿਲੋ ਦੁੱਧ ਹੈ ਜੀ ਮਾਸ਼ਾਅੱਲਾ ਦੋਵਾਂ ਟਾਈਮਾਂ ਦਾ ਮਾਸ਼ਾਅੱਲਾ ਤੇ ਇਹਦਾ ਭਾਈ ਦੱਸੋ ਕਿ ਨਾਂ ਦਾ ਨਾ ਤੁਹਾਡਾ ਉਰਫ ਯਾਨੀ ਕਿ ਪੁੱਟਾ ਤੁਹਾਨੂੰ ਕਹਿੰਦੇ ਨੇ ਵੈਸੇ ਨਾਮ ਇਮਰਾਨ ਹੈ ਤੁਹਾਡਾ ਹਾਂਜੀ ਸਹੀ ਅੱਛਾ ਇਮਰਾਨ ਭਾਈ ਤੁਸੀਂ ਇਹ ਦੱਸੋ ਕਿ ਨਾਂ ਦਾ ਇੰਦਾ ਦੋਵਾਂ ਟਾਈਮਾਂ ਦਾ 10 ਲੀਟਰ ਦੁੱਧ ਕਹਿ ਰਹੇ ਜੀ ਹਾਂਜੀ ਸਹੀ ਡੇਢ ਮਹੀਨੇ ਦੀ ਸੂਈ ਹੈ ਡੇਢ ਮਹੀਨੇ ਦੀ ਸੂਈ ਹੈ ਮਾਸ਼ਾਅੱਲਾ ਸੋਹਣੀ ਝੋਟੀ ਹੈ ਅੱਛਾ ਇਮਰਾਨ ਭਈ ਇਹਨਾਂ ਦਾ ਪਿਆਰ ਮੁਹੱਬਤ ਨਾਲ ਜਰਾ ਕੀਮਤ ਦੱਸ ਦਿਓ ਭਰਾਵਾਂ ਨੂੰ ਕੀਮਤ ਮਾਸ਼ਾਅੱਲਾ ਸੋਹਣੀ ਝੋਟੀ ਹੈ ਕੀਮਤ ਜੀ ਇਹਨਾਂ ਦੇ 2 ਲੱਖ ਰੁਪਈਆ ਹਾਂਜੀ 2 ਲੱਖ ਰੁਪਈਆ 2 ਲੱਖ ਹਾਂਜੀ 2 ਲੱਖ ਤੇ ਇਮਰਾਨ ਭਈ ਜ਼ਿਆਦਾ ਨਹੀਂ ਥੋੜਾ ਪਿਆਰ ਮੁਹੱਬਤ ਕਰੋ ਚਲੋ ਭਾਈਆਂ ਵਾਸਤੇ ਚਲੋ ਜੀ ਕੋਈ 10 15 ਘਟ ਲਾ ਲਾਂਗੇ ਜੀ اچھا 15000 ਘਟਾ ਕਰ ਦੇਓਗੇ 1 85 ਦੀ ਦੇ ਦੇਓਗੇ ਜੀ ਜੀ ਚਲੋ ਠੀਕ ਹੈ ਹੁਣ ਦੂਸਰੇ ਨੰਬਰ ਤੇ ਕੀ ਹੈਗਾ ਜੀ ਜੀ ਗਾਂ ਹੈ ਜੀ ਹਾਂਜੀ ਭਾਈ ਐ ਕਿੰਨਾ ਦਾ ਇਮਰਾਨ ਭਾਈ ਗਾਂ ਹੈ ਜੀ ਜੀ ਮਾਸ਼ਾਅੱਲਾ ਸੋਹਣੀ ਗਾਂ ਹੈ ਕਾਲਾ ਥਣ ਲੱਗਾ ਹੋਇਆ ਹੈ ਹਾਂਜੀ ਕਿੰਨਾ ਦਾ ਭਰਾਵਾਂ ਦੀ ਨਜ਼ਰ ਹੈ ਮਾਸ਼ਾਅੱਲਾ ਇਹ ਹੁਣ ਭਾਈ ਤੋਂ ਪੁੱਛਨੇ ਆ ਇਹ ਗਾਂ ਦਾ ਕੀ ਹਿਸਾਬ ਕਿਤਾਬ ਜੇ ਕਿਹੜੀ ਯਾਨੀ ਕਿ نسل ਹੈ ਕੀ ਚੀਜ਼ ਹੈ ਇਹ ਭਰਾਵਾਂ ਨੂੰ ਦਿਖਾ ਰਹੇ ਆ ਸਾਰਾ ਕੋ ਨਾ ਸਾਲ ਹਾਂਜੀ ਇਮਰਾਨ ਭਾਈ ਇਹਦਾ ਕੀ ਹਿਸਾਬ ਕਿਤਾਬ ਦੇਖਿਆ ਹੈ ਕਿ ਹਿਸਾਬ ਦੇ ਵਿੱਚ ਹੈਗੀ ਜਗਾ ਇਹਨੂੰ ਜੀ 8ਵਾਂ ਮਹੀਨਾ ਹੈ ਚਸੂਣ ਵਾਲੀ ਹੈ ਸੁਮਣ ਵਾਲੀ ਹੈ ਜੀ ਅੱਛਾ ਕਿੰਵਾਂ ਸੁਹਾ ਸੁਣਾ ਇਹਨੇ ਇਹਨੇ ਜੀ ਚੌਥਾ ਸੁਹਾ ਸੁਣਾ ਹੋਣਾ ਚੌਥਾ ਹਾਂਜੀ ਤੇ ਪਿਛਲੇ ਸੂਵੇ ਦਾ ਕੀ ਮਿਲਕਰ ਰਿਕਾਰਡ ਹੈ ਜੇ ਦੁੱਧ ਕਿੰਨਾ ਕਰਦੀ ਰਹੀ ਪਿਛਲੇ ਸੂਵੇ 16 ਲੀਟਰ ਦੁੱਧ ਦਿੰਦੀ ਰਹੀ ਹੈ ਪਿਛਲੇ ਸੂਵੇ ਜੀ ਜੀ ਤੇ ਇਸ ਵਾਰ ਕੀ ਕਹਿੰਦੇ ਜੇ ਇਸ ਦਵਾ ਬਤੇਗੀ ਘਟਦੀ ਨਹੀਂ ਬਤੇਗੀ ਘਟਦੀ ਨਹੀਂ ਹੈ ਸਹੀ ਹਾਂਜੀ ਚਲੋ ਇਹਦਾ ਇਮਰਾਨ ਭਾਈ ਪਿਆਰ ਮੁਹੱਬਤ ਵਾਲੀ ਕੀਮਤ ਦੱਸ ਦਿਓ ਇਹਦੀ ਜੀ ਹਾਂਜੀ ਇਹਦੀ ਕੀਮਤ ਜੀ ਤੁਹਾਨੂੰ ਸਿਰਫ ਔਰ ਸਿਰਫ ਮਨਾਸਬ ਤੋਂ ਮਨਾਸਬ ਦੱਸੀ ਹੈ ਹਾਂਜੀ ਇਹਦੀ ਵੀ 2 ਲੱਖ ਰੁਪਏ 2 ਲੱਖ ਹਾਂਜੀ 2 ਲੱਖ ਤਾਂ ਇਮਰਾਨ ਭਾਈ ਜ਼ਿਆਦਾ ਹੈ ਚੌਥੇ ਸੂਬੇ ਕਹਿ ਰਿਹਾ ਜੇ ਇਹ ਦੁੱਧ ਦੇਣ ਵਾਲੀ ਗਾਂ ਹੈ ਜੀ ਦੁੱਧ ਦੇਣ ਵਾਲੀ ਲੇਕਿਨ ਕਿਨਾਂ ਦਾ ਨਾ ਸੂਆ ਵੀ ਤਾਂ ਚੌਥਾ ਕੋ ਪਿਆਰ ਮੁਹੱਬਤ ਕਰੋ ਯਾਰ ਪਿਆਰ ਮੁਹੱਬਤ ਕਰ ਲਾਂਗੇ ਕੋ ਚਲੋ ਜਦੋਂ ਆਵੋਗੇ ਨਾ ਇਨਸ਼ਾਅੱਲਾ ਟੁਰਨਾ ਪਿਆਰ ਮੁਹੱਬਤ ਵੀ ਕਰ ਲਾਂਗੇ ਅੱਛਾ ਅੱਛਾ ਪਹਿਲੇ ਇਮਰਾਨ ਭਾਈ ਆਪਦਾ ਨੰਬਰ ਵੀ ਨਾਲੇ ਬੋਲ ਦਿਓ ਅੱਛਾ ਜੀ ਮੇਰਾ ਨੰਬਰ 0342 0342 4939 4939 758 ਹਾਂਜੀ ਸਹੀ ਤੇ ਕੋਈ ਭਾਈ ਰਾਬਤਾ ਕਰੇਗਾ ਪਿਆਰ ਮੁਹੱਬਤ ਕਰਨਾ ਹੈ ਇਨਸ਼ਾਅੱਲਾ ਜੀ ਕਰ ਲਾਂਗੇ ਪਿਆਰ ਮੁਹੱਬਤ ਵੀ ਤੁਹਾਡੇ ਨਾਲ ਭਰਾਵਾਂ ਨਾਲ ਚਲੋ ਠੀਕ ਹੈ ਹੁਣ ਅੱਗੇ ਨੰਬਰ 3 ਨੰਬਰ ਤੇ ਵੱਛਾ ਵਿਖਾਓ ਹਾਂਜੀ ਭਾਈ ਇਹ ਵੀਰਾਂ ਦੀ ਨਜ਼ਰ ਹੈ ਮਾਸ਼ਾਅੱਲਾ ਬਹੁਤ ਹੀ ਆਊਟ ਕੁਆਲਿਟੀ ਦਾ ਵੱਛਾ ਲੈ ਕੇ ਆਇਆ ਕੁਰਬਾਨੀ ਵਾਸਤੇ ਔਰ ਮਾਸ਼ਾਅੱਲਾ ਚੰਗੀ ਹਾਈਟ ਹੈ ਔਰ ਸੋਹਣਾ ਮਾਸ਼ਾਅੱਲਾ ਮੂੰਹ ਹੈ ਔਰ ਭਾਈਆਂ ਨੂੰ ਵਿਖਾ ਰਹੇ ਆ ਇਹ ਭਾਈ ਤੋਂ ਪੁੱਛਾਂਗੇ ਇੱਕ ਮਿੰਟ ਭਾਈ ਜਰਾ ਸਾਈਡ ਤੇ ਹੋਣਾ ਜਰਾ ਭਾਈਆਂ ਨੂੰ ਵੱਛਾ ਵਿਖਾ ਦੇਗੇ ਮਾਸ਼ਾਅੱਲਾ ਕੀ ਹਾਈਟ ਹੈ ਬੱਚੇ ਦੀ ਔਰ ਚੰਗਾ ਮਾਸ਼ਾਅੱਲਾ ਕੱਦ ਹੈ ਔਰ ਚੰਗੀ ਵੇਲ ਹੈ ਬੱਚੇ ਦੀ ਇੱਕ ਇੱਕ ਚੀਜ਼ ਕੈਮਰੇ ਦੀ ਨਜ਼ਰ ਹੈ ਮਾਸ਼ਾਅੱਲਾ ਭਰਾਵਾਂ ਨੂੰ ਦਿਖਾ ਰਹੇ ਹਾਂ ਬੜਾ ਸੋਹਣਾ ਆਊਟ ਕਲਾਸ ਬੱਚਾ ਜੀ ਇਹ ਕੁਰਬਾਨੀ ਵਾਸਤੇ ਫੋਰ ਸੇਲ ਹੈ ਇਹ ਸ਼ੁਕੀਨ ਹਜ਼ਰਤ ਵਾਸਤੇ ਵੀ ਹੈਗਾ ਬੜਾ ਮਾਸ਼ਾਅੱਲਾ ਬੱਚਾ ਔਰ ਚੰਗੀ ਵੇਲ ਭਾਈਆਂ ਦੀ ਨਜ਼ਰ ਹੈ ਹਰ ਚੀਜ਼ ਇਨਸ਼ਾਅੱਲਾ ਪੂਰਾ ਯਾਨੀ ਕਿ ਭਾਈਆਂ ਨੂੰ ਵਿਖਾ ਰਹੇ ਹਾਂ اون ਭਾਈ ইমরান ਤੋਂ ਪੁੱਛਾਂਗੇ ਇਸ ਬੱਚੇ ਦੇ ਬਾਰੇ ਕਿ ਕੀ ਹਿਸਾਬ ਕਿਤਾਬੇ ਬੱਚੇ ਦਾ ਹਾਂਜੀ ইমরান ਭਾਈ ਜੀ ਜੀ ਇਹਦੇ ਬਾਰੇ ਦੱਸੋ ਕੀ ਨਾਂ ਦਾ ਹੈ ਬੱਚੇ ਦੀ ਕਿੰਨੀ ਉਮਰ ਹੈਗੀ ਜੇ ਭਾਈ ਜਾਨ ਇਹਦੇ 2 ਸਾਲ ਉਮਰ ਹੈ ਅੱਛਾ ਕਿੰਨੇ ਆਂਦਾ ਯਾਨੀ ਕਿ ਦੱਸੋ ਕਿ ਕਿਹੜੀ ਨਸਲ ਕਿਹੜੀ ਜੇ ਇਹ ਦਾਜਲੀ ਨਸਲ ਦੀ ਹੈ ਜੀ ਅੱਛਾ ਜੀ ਇਹ ਜ਼ਰਾ ਮੇਰੇ ਖਿਆਲ ਉਹ ਜਿਹੜਾ ਦੌੜਾਂ ਤੇ ਦੜਾਂਦੇ ਨੇ ਉਸ ਕਿਸਮ ਦਾ ਹੈ ਹਾਂਜੀ ਰੇਡੀਆਂ ਜਿਹੜੇ ਦੌੜ ਲਾਂਦੇ ਨੇ ਹਾਂਜੀ ਇਹ ਜੀ ਉਹ ਨਸਲ ਹੈ ਸਹੀ ਹਾਂਜੀ ਤੇ ਅੱਛਾ ਇਮਰਾਨ ਭਾਈ ਇਹਦਾ ਦੱਸੋ ਫਿਰ ਕੀ ਆ ਇਹ ਕੁਰਬਾਨੀ ਤੇ ਲੱਗਦਾ ਹੈ ਹਾਂਜੀ ਕੁਰਬਾਨੀ ਤੇ ਵੀ ਲੱਗਦਾ ਹੈ ਨਹੀਂ ਕੁਰਬਾਨੀ ਤੇ ਲੱਗੇਗਾ ਯਾਨੀ ਕਿ 2 ਸਾਲ ਉਮਰ ਹੋ ਗਈ ਤੇ ਮੂੰਹ ਕੀ ਹੈਗਾ ਜੇ ਏ ਜੀ ਦੁੰਦਾ ਹੁੰਦਾ ਹੁਣ ਨਾਲ ਆਈਏ। ਇਹ ਦੁੰਦਾ ਹੋਇਆ ਨਹੀਂ। ਨਹੀਂ ਜੀ। ਅੱਛਾ ਤੇ ਇਹਦਾ ਮਤਲਬ ਹੈ ਕਿ ਫਿਰ ਤੁਸੀਂ ਕੁਰਬਾਨੀ ਤੱਕ ਅਗਰ ਕੋਈ ਭਾਈ ਇਹਨੂੰ ਸੇਂ ਦੀ ਸੇਵਾ ਕਰੇ, ਇਹਨੂੰ ਕੋਈ ਵੰਡਾ ਛੰਡਾ ਖਵਾਏ ਤੇ ਹੋਰ ਯਾਨੀ ਕਿ ਵੇਟ ਕਰੇਗਾ, ਵਜ਼ਨ ਕਰੇਗਾ ਵੇਟ ਇਨਸ਼ਾਅੱਲਾ ਜੀ। ਸਹੀ। ਮਾਸ਼ਾਅੱਲਾ ਇਹਦੀ ਹਾਈਟ ਵੀ ਹੋਰ ਵੱਧ ਜਾਏਗੀ। ਹਾਂ ਜੀ। ਸਹੀ। ਅੱਛਾ ਕਿੰਨਾ ਦਾ? ਬਰਾਬਰ ਅੱਛਾ ਜੀ ਮਾਸ਼ਾਅੱਲਾ ਬੜੇ ਸ਼ੌਕ ਨਾਲ ਅਸੀਂ ਲਿਆ ਸੀ ਜੀ। ਸਹੀ। ਅੱਛਾ ਇਮਰਾਨ ਭਾਈ ਇਹਦਾ ਦੱਸੋ ਉਹਨਾਂ ਪਿਆਰ ਮੋ ਬਤਾਲਾ ਮੁੱਲ। ਇਹਦਾ ਮੁੱਲ ਜੀ 1.40 ਲੱਖ। 1.40 ਲੱਖ। ਹਾਂ ਜੀ ਕੀ ਪਿਆਰ ਮੁਹੱਬਤ ਹੋ ਜਾਏਗਾ ਜਨਾਬ ਪਿਆਰ ਮੁਹੱਬਤ ਜਦੋਂ ਤੁਸੀਂ ਆਵੋਗੇ ਕੋਈ ਟੁੱਟਣਾ ਪਿਆਰ ਮੁਹੱਬਤ ਵੀ ਕਰ ਲਾਂਗੇ ਉਹ ਭਾਈ ਰਾਬਤਾ ਕਰੇਗਾ ਪਿਆਰ ਮੁਹੱਬਤ ਹੋ ਜਾਏਗਾ ਹੋ ਜਾਏਗਾ ਜੀ ਠੀਕ ਹੈ ਭਾਈਆਂ ਦੀ ਨਜ਼ਰ ਹੈ ਮਾਸ਼ਾਅੱਲਾ ਬੜਾ ਹੀ ਆਊਟ ਕਲਾਸ ਬੱਚਾ ਔਰ ਬਹੁਤ ਹੀ ਮੁਨਾਸਬ ਕੀਮਤ ਭਾਈ ਨੇ ਮੰਗੀ ਹੈ ਔਰ ਜਿਹੜੇ ਭਾਈ ਸ਼ੌਕ ਕਰਦੇ ਨੇ ਉਹਨਾਂ ਨੂੰ ਨਜ਼ਰ ਆ ਰਿਹਾ ਮਾਸ਼ਾਅੱਲਾ ਇਹ ਸਾਰਾ ਦਿਖਾ ਰਹੇ ਤੇ ਜੀ ਮਿਲਨੇ ਆ ਜੀ ਹੁਣ ਕਿਸੇ ਅਗਲੀ ਵੀਡੀਓ ਚ ਅੱਲਾ ਹਾਫਿਜ਼